कंट्रोल पैनल तो दर्शन करा दिए थानू सो मारो मित्रों निका ये लिया जी नवा सिस्टम आपने सारा टोटली लुधियाने तो लिया छोटू तू फेर कट ली बाहर तू ही बार हो गया तेरा काम बदल हो गया तुड़ी बनाने आई जाने कहते बाजी वाह कहते मुंडा कुड़ी नाल सोना कुड़ी मुंडे नाल सोनी कहते बाजी वाह आउंदी सारे आ तुसी चाह पानी पिलाया करो हेलो चाह पानी पिलाया करो तुसी आउंदी सार बंदे नाल कुत्ते नाल करो ਲੈ ਇਧਰ ਭਾਗਾ ਨਹੀਂ ਆ ਰਿਹਾ ਕੱਲ ਤੋਂ ਆਏ ਦੇ ਲਾ ਤੈਨੂੰ ਸਵੇਰ ਤੇ ਲੈ ਕੇ ਸ਼ਾਮ ਤੱਕ ਹੁਣ ਤੜਕਾ ਹੋ ਗਿਆ ਸਵੇਰ ਤੇ ਦੇਖ ਲਾ ਵੀ ਮੈਂ ਕਹਿੰਦਾ ਵੀ ਹੁਣ 7 ਵਜ ਗਏ 7 ਵਜ ਗਏ ਹੁਣ ਤਾਂ ਆ ਜਾ ਸਤਿ ਸ਼੍ਰੀ ਅਕਾਲ ਸਰਮਾ ਸਾਹਿਬ ਸਦਾ ਸਾਹਿਬ ਕਿਹਾ ਮੈਂ ਇੰਨਾ ਕਿੰਨਾ ਨਿੰਦਾ ਤੂੰ ਦਿੰਪਿਆ ਚ ਸਤਿ ਸ਼੍ਰੀ ਅਕਾਲ ਜੀ ਕਿਵੇਂ ਕੱਲ ਕਹਿੰਦੇ ਝੋਪੜ ਨੇ ਚੰਗੀ ਝੱਟ ਲਾਈ 24 ਘੰਟੇ ਸੜਾਤਾ ਹੁਣ ਵੀ ਦੇਖ ਲਾ ਬੰਦਾ ਅਜੇ ਵੀ ਆਏ ਕਹਿੰਦਾ ਵੀ ਮੈਂ ਆ ਗਿਆ ਕੱਲ ਪੂਰਾ ਚੱਲਦਾ ਤਾ ਤੋੜਤਿਆ ਬਈ ਹੱਡ ਤੋੜਦਾ ਪੂਰਾ ਪੂਰਾ ਤਾਂ ਅਮਲੀ ਬੰਦਾ ਤਾਂ ਮਿਲਦਾ ਹੈ ਅਮਲੀ ਜਿਹੜੀ ਡਿੰਪਾ ਚ ਕਹਿੜਾ ਰਿਹਾ ਗੱਲ ਹਾਂ ਪੂਰਾ ਚੱਲਦਾ ਤਾ ਕੱਲ ਤੂੰ ਕਿਹ ਭੇਜੀ ਜਨੇ ਵਟਸਐਪ ਤੇ ਗੋਗੀ ਤੇ ਛੋਟੂ ਆ ਪੂੜੀ ਅੰਦਰ ਕਰ ਬਈ ਇਹ ਅਲਾਊਡ ਨਹੀਂ ਹੈਗੀ ਜਨੇ ਲੋਕੀ ਕਾਲ ਖਾਣ ਗਿਆ ਨਹੀਂ ਯਾਰ ਆਏ ਨਾ ਕਰੇਗਾ ਛੋਟੂ ਕੀ ਹਾਲ ਆ ਵੀਰ ਸੋਨੀ ਕੀ ਹਾਲ ਆ ਤੇਰਾ ਪਹਿਲਾਂ ਦਾ ਸਾਰਾ ਟੱਪਰ ਤੇਰੇ ਦੁਆਲੇ ਹੋ ਜਾਂਦਾ ਹੈ ਗੱਲ ਗਲਤ ਆ ਜਣੀ ਐ ਇਦਾਂ ਹੋਣਾ ਨਹੀਂ ਚਾਹੀਦਾ ਓ ਯਾਰ ਮੈਨੂੰ ਕੰਮ ਹੋ ਗਿਆ ਮੈਂ ਘਰਾ ਮਿਸਤਰੀ ਲਾਇਆ ਬਣੇ ਤਾਂ ਕੰਮ ਕੁਝ ਕੱਲ ਪੂਰਾ ਚੱਲਦਾ ਤਾਂ ਮੈਂ ਪਹਿਲੀ ਕਹਿ ਕੇ ਮੈਨੂੰ ਕੋਈ ਅਸਰ ਮੇਰੇ ਕਹਿੰਦਾ ਸਾਲਾ ਨੇਰੀ ਮੰਗ ਚੱਲੀ ਜਾ ਰਿਹਾ ਜਣੀ ਪਰਵਾਹ ਨਹੀਂ ਹੈ ਕੋਈ ਵਾਜਣੀ ਆਪਾਂ ਨੇ ਹੁਣ ਸਾਰੇ ਵੀਰਾਂ ਨੂੰ ਦੀਪਾ ਅੱਛਾ ਕਿਹੜਾ ਰਿਹਾ ਕੱਲ ਚਾਹ ਬਣੀ ਆਪਣਾ ਦਾ ਮੈਨੂੰ ਉਹਦੇ ਤੇ ਉਮੀਦ ਸੀ ਮਾ ਹੱਡ ਜੇ ਟੁੱਟਣਗੇ ਉਹਦੇ ਪਰ ਕਿਹੜਾ ਰਿਹਾ ਨਹੀਂ ਮਾਰ ਪੈਂਦੀ ਹੈ ਨਾ ਮਾਰ ਪੈਂਦੀ ਆਪਾਂ ਤਾਂ ਵੀ ਮਾਰ ਪੈਂਦੀ ਹੈ ਰੱਖ ਲੈਂਦੀ ਕਾਦੀ दो ट्रालियां खाली कर लो एक नहीं अद्धी नहीं गुरुद्वारे के पास जाओ एदियां च फेर पुलियां पटनी की करना जी ओ चल थ्रेसर चल गया यार ये चल रहा कल का किन्ने दिन का चल रहा है चल रहा पर लगता था अच्छा अच्छा दूए लोग साइड पर झूठ बूठ पाते रखने किसी के 10 किले बनाते दो रह गए दो चक्या करूगा छोटू भाई पर ड्राइवर होगा लट्टू आप लाई नी टिबरी बेल्ट करके ਚੰਡੀਆਂ ਲਿਆਂਦੀਆਂ ਮਸ਼ੀਨ ਪਰ ਰੱਖਤੀਆਂ ਮੇਰੇ ਵਾਲੀ ਦੀ ਵੀ ਲਿਆਏ ਤੇਰੇ ਵਾਲੀ ਦੀ ਲਿਆਏ ਆ ਉਹਦੇ ਪਰ ਤਾਂ ਰਹਿਣ ਤੋਂ ਗੁਸਤਾ ਨਾ ਚੰਡੀਆਂ ਤਾਰੀਆਂ ਯਾਰ ਆਏ ਨਹੀਂ ਦਾ ਇਹਦਾ ਬੜਾ ਸਾਰਾ ਉਹ ਤਾਂ ਟੀ-ਸ਼ਰਟ ਜੀ ਦਿਓ ਮਾਰ ਦੇ ਦੇ ਟਰੈਕਟਰ ਪਰ ਉਹ ਬਟਨ ਦੇ ਖਰਾਬ ਬਟਨ ਦੇ ਖਰਾਬ ਆ ਵੀ ਮੇਰੇ ਵਾਲੀ ਦੀ ਉਹ ਆਈ ਉਹ ਪੀਤੇ ਅੱਜ ਕੱਪੜੇ ਰੱਖ ਲੈ ਨਹੀਂ ਮੈਂ ਤੈਨੂੰ ਸਮਝਾ ਦੂੰਗਾ ਕੀ ਆਪ ਦੇ ਹੋਰ ਬਾਤ अपनी मशीन पर भी तो चाहिए छोटू भाई है ना तिंगड़ी आंदा मर जा कैडा जा ना बंदा बन जा तू कुछ पता तो लगता नहीं करता पर गए ना फड़ प्लेट पुराने पुराने पा दे हूं तो अकने लगे
ਪੁਰਾਣੇ ਪੁਰਾਣੇ ਪਾਦੇ ਹੋ ਗਈ ਅੱਜ ਕੀ ਕਰ ਰਹਾ ਫਿਰ ਧੋਏ ਦੇਈ ਅਸੀਂ ਹੈ ਚੱਲ ਆ ਜਾ ਮੇਰੇ ਨਾਲ ਲੇਜ਼ਰ ਕਰਾ ਕੜਾ ਸੋ ਮਿੱਤਰੋ ਤਿਆਰੀ ਹੋਈ ਹੈ ਮੈਂ ਧੋਣੀ ਆ ਬਿਆੜ ਬਾਈ ਲੇਜ਼ਰ ਕਰਾ ਦੀ ਤਿਆਰੀ ਹੋਈ ਹੈ ਹੁਣ ਮੌਸਮ ਬੜਾ ਖਰਾਬ ਹੈ ਬੱਦਲ ਦੇਖੋ ਤੁਸੀਂ ਕਿੰਨਾ ਜ਼ਿਆਦਾ ਹੋ ਗਿਆ ਹਨਾ ਰਾਤ ਵੀ ਝੱਟ ਲੱਗੀ ਥੋੜੀ ਜਿਹੀ ਦੇਖੋ ਥੋੜਾ ਥੋੜਾ ਨਾ ਮਿੱਟੀ ਗਿੱਲੀ ਹੋ ਗਈ ਤੇ ਹੁਣ ਲੇਜ਼ਰ ਕਰਾ ਲੈ ਕੇ ਚੱਲਿਆ ਲੇਜ਼ਰ ਕਰਾ ਦਾ ਵੀ ਕੰਮ ਤਕਰੀਬਨ ਸਟਾਰਟ ਦੀ ਹੋ ਗਿਆ ਤੂੜੀਆਂ ਬਣ ਗਈਆਂ ਲੋਕਾਂ ਦੀਆਂ ਨਰਮੇ ਖੇਤ ਲੋਕ ਨਾਲ ਦੀ ਨਾਲ ਹਨਾ ਬਹਾਈ ਕਰੀ ਜਾ ਰਹੇ ਹਾਂ ਛੋਟੀ ਜ਼ਮੀਨਾਂ ਦੇ ਵਿੱਚ ਡਾਕਰ ਚ ਤਾਂ ਸਾਡੇ ਇੰਨੇ ਛੇਤੀ ਸੂਤ ਨਹੀਂ ਆਉਂਦਾ ਕਿਉਂਕਿ ਕਰਤੇ ਨਾ ਤਾਂ ਸਾਡੇ ਗਲਦੇ ਆ ਹਨਾ ਸੋ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਹਨਾ ਜੀ ਤੇ ਆਹ ਟਰੈਕਟਰ ਦੀ ਹਲੇ ਧੋਈ ਧੂਈ ਕਰਨੀ ਹੈ ਮੈਂ ਸ਼ੋਫਰ ਕਚਰਾ ਆ ਖਾਸਾ ਗੰਦਿਆ ਪਿਆ ਹੋਇਆ ਦੋ ਤਿੰਨ ਦਿਨ ਹੋ ਗਏ ਮੰਡੀ ਤੋਂ ਬਾਅਦ ਇਹ ਖੜਾ ਹੀ ਆ ਸਾਈਡ ਪਰ ਲਾਤਾ ਇਹਦੀ ਧੋਈ ਧੂਈ ਕਰਦੇ ਆ ਇੱਥੇ ਮਗਰਾੜ ਤੇ ਉਹ ਕੱਸਦੇ ਜਿੱਥੇ ਕੰਟਰੋਲ ਪੈਨਲ ਲੱਗਣਾ ਤੇ ਉਸ ਤੋਂ ਬਾਅਦ ਤੇ ਇਹਦਾ ਟਰੈਕਟਰ ਨੂੰ ਆਪਾਂ ਕਰਦੇ ਹਾਂ ਲੇਜ਼ਰ ਕਰਾ ਦੇ ਫਿੱਟ ਸੋ ਦਿਖਾਉਂਦੇ ਅੱਜ ਨਾਲ ਇੱਕ ਨਵਾਂ ਸਿਸਟਮ ਲੈ ਕੇ ਆਇਆ ਤੁਹਾਨੂੰ ਨਵਾਂ ਸਿਸਟਮ ਵੀ ਦਿਖਾਉਂਦੇ ਲੇਜ਼ਰ ਕਰਾ ਦਾ ਮੈਂ ਸਿਸਟਮ ਚੇਂਜ ਕਰ ਸਕਦਾ ਕੀ ਇਹ ਖਰਚਾ ਪਿਆ ਮੈਨੂੰ ਹੋਰ ਹਨਾ ਗਰੰਟੀ ਵਾਰੰਟੀ ਕਿੰਨੀ ਮਿਲੀ ਮੈਨੂੰ ਹਨਾ ਤੇ ਉਹ ਸਾਰੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਸੋ ਜੁੜੇ ਰਹੋ ਬਲੌਗ ਦੇ ਨਾਲ ਤੇ ਪਹਿਲਾਂ ਆਪਾਂ ਕਰਦੇ ਹਾਂ ਲੇਜ਼ਰ ਕਰਾ ਦੀ ਫਿਟਿੰਗ ਲੇਜ਼ਰ ਕਰਾ ਪਾਉਂਦੇ ਹਾਂ ਪਰਲੇ ਘਰ ਤੋਂ ਪਾ ਕੇ ਇੱਧਰ ਲਿਆਉਂਦੇ ਆ ਤੇ ਸਿਸਟਮ ਸਾਰਾ ਲਾਉਂਦੇ ਇੱਕ ਬੈਟਰੀ ਚੇਂਜ ਕਰ ਲਿਆ ਬੈਟਰੀ ਖਰਾਬ ਹੋ ਗਈ ਤੀ ਇੱਕ ਸਾਲ ਕੇ ਕੱਢਦੀ ਹੈ ਵੈਸੇ ਦੇਖਿਆ ਜਾਵੇ ਇੱਕੇ ਸੀਜ਼ਨ ਕੱਢਦੀ ਹੈ ਬੈਟਰੀ ਅਗਲੇ ਸੀਜ਼ਨ ਡੈਡ ਰੂਟ ਹੋ ਜਾਂਦੀ ਹੈ ਲੀਵ ਗਾਰਡ ਦੀਆਂ ਲਿਆਉਂਦੇ ਸੀ ਸੋ ਹੁਣ ਆਪਾਂ ਨੇ ਚੇਂਜ ਕਰਕੇ ਹੋਰ ਲੈਂਦੀ ਹੈ ਉਹ ਵੀ ਦਿਖਾਉਣਾ ਤੁਹਾਨੂੰ ਚੇਂਜ ਕਰਕੇ ਕਿਹੜੀ ਲੈਂਦੀ ਹੈ ਸੋ ਕੰਮ ਜਾਰੀ ਹੈ ਪੂਰਾ ਹੁਣ ਇਹਦੇ ਚ ਕੀ ਕਰਿਆ ਪਿੱਛੇ ਟੰਗ ਦਿੰਦੇ ਬੈਟਰੀ ਸਾਰੇ ਲੰਡੂ ਲੰਡੂ ਕੰਮ ਸੋਨੀ ਦੇ ਹਿੱਸੇ ਆ ਗਏ ਸਾਰੇ ਲੰਡੂ ਕੰਮ ਆਉਂਦੀ ਸਾਹਿਬ ਚੱਕ ਲਈ ਫੋੜੇ ਫੋੜੇ ਦੇ ਲਾ ਮੈਂ ਵੀਡੀਓ ਚ ਪਹਿਲਾਂ ਵੀ ਕਿਹਾ ਤੰਗਲੀਆਂ ਫੋੜੇ ਫੋੜੇ ਸਭ ਨਾਲੇ ਦਾ ਪੈਂਚਰ ਸਾਰਾ ਵੀ ਵਰਕਸ਼ਾਪ ਵੀ ਸਾਫ਼ ਕਰਾ ਕੇ ਕਿਹੜੇ ਪਿੰਡ ਗਿਆ ਉਹਦਾ ਫੋਰਮੈਨ ਸਾਹਿਬ ਏਦਾਂ ਹੋ ਰਿਹਾ ਕੁਛ ਕਹਿਣ ਤਾਂ ਫੋਨ ਪਿੰਡ ਨੂੰ ਟਾਂਡਾ ਰੋਡ ਤੇ ਗਏ ਬੇਟੇ ਜੀ ਹੁਸ਼ਿਆਰਪੁਰ ਟਾਂਡਾ ਰੋਡ ਤੇ ਇਹ ਤਾਂ ਆਪਾਂ ਨੇ ਨਟ ਨੁਟ ਕੱਸ ਲਿਆ ਤੇ ਹੁਣ ਬੈਟਰੀ ਦੀ ਤਾਰ ਲੱਗਿਆ ਫੋਨ ਸੁਣ ਲਿਆ ਫੋਨ ਚ ਨੂੰ ਗੱਲਾਂ ਬਾਤਾਂ ਤੇਰੀਆਂ ਅੱਜ ਅਸੀਂ ਪਤਾ ਅੱਛਾ ਕੀ ਆਈਡੀਆ ਲਾਇਆ ਸੁਣ ਇੱਧਰ ਹੈਲੋ ਮੇਰੀ ਗੱਲ ਅੱਜ ਅਸੀਂ ਪਤਾ ਕੀ ਆਈਡੀਆ ਲਾਇਆ ਚਾਚੀ ਕਹਿੰਦਾ ਵੀ ਪੂਰਾ ਚੱਲਦਾ ਤਾਂ ਨਹੀਂ ਉੱਠ ਹੋਇਆ ਅੱਛਾ ਕਿਹੜਾ ਚਾਚਾ ਉਹਦੇ ਜੱਸਾ ਚਾ ਉਧਰ ਏ ਕੋਈ ਗੱਲ ਨਹੀਂ ਕਾਤਾ ਗੱਬੂ ਟੱਕਰ ਗਿਆ ਤਾਂ ਅੱਜ ਕਿਹੜਾ ਭਾਜੀ ਅੱਜ ਕੋਈ ਗੱਲ ਨਹੀਂ ਉਹ ਟੱਕਰ ਤੋਂ ਵੱਜ ਗਈ ਠੀਕ ਮਿੱਠਾ ਗਰੀਸ ਕਰਾਉਣ ਲੱਗਿਆ ਮੈਂ ਦੇਖਦੇ ਗਾਣਾ ਪਾੜ ਜੀ ਕਿਤੋਂ ਬਣ ਹੋ ਜਾਵੇ ਤੇ ਸੋ ਆਪਾਂ ਤਾਰ ਤੂ ਲਾ ਲਈ ਤੇ ਆਪਣਾ ਕੰਟਰੋਲ ਪੈਨਲ ਫਿੱਟ ਕਰ ਲੈ ਕੰਟਰੋਲ ਪੈਨਲ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਸੋ ਮਾਰੋ ਮਿੱਤਰੋ ਨਿਗਾ ਇਹ ਲਿਆਂਦਾ ਜੀ ਨਵਾਂ ਸਿਸਟਮ ਆਪਾਂ ਨੇ ਸਾਰਾ ਟੋਟਲੀ ਲੁਧਿਆਣੇ ਤੋਂ ਲਿਆਂਦਾ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵਰਕਿੰਗ ਇਹਦਾ ਕਿਵੇਂ ਹੈ ਤੇ ਰਿਸੀਵਰ ਟਰਾਂਸਮਿਟਰ ਵੀ ਦਿਖਾਉਂਦੇ ਆਪਾਂ ਤੁਹਾਨੂੰ ਹੈਨਾ ਤੇ ਤਾਰਾਂ ਤੁਰਾਂ ਜੋੜ ਰਹੇ ਹਾਂ ਆਹ ਰਿਫਲੈਕਟਰ ਖੋਲ ਰਹੇ ਹਾਂ ਤਾਂ ਕਿਉਂਕਿ ਇਹਦੇ 'ਚ ਨਾ ਫਿਰ ਤਰਕੰਡੀ ਵਾਲੀ ਬਾਂਹ 'ਚ ਫਸਦੀ ਆ ਸੋ ਤਿਆਰ ਹਾਂ ਆਪਾਂ ਵੀ ਆਪਣਾ ਰੈਡੀ ਕਰ ਰਹੇ ਹਾਂ ਸਮਾਨ ਆਪਾਂ ਨਹੀਂ ਡਿਸਟਰਬ ਹੋ ਰਹੇ ਉੱਧਰ ਨਾ ਆਪਾਂ ਕਰ ਰਹੇ ਹਾਂ ਉਹਨਾਂ ਨੂੰ ਠੀਕ ਹੈ ਜੀ ਤੇ ਆਪ ਫਿਰ ਖੋਲ ਕੇ ਆਪਾਂ ਲੇਜ਼ਰ ਕਰਾ ਗੱਡੀ ਫਿਰ ਪਾਣੀ ਮਾਰਦੀ ਦੋਨੇ ਚੀਜ਼ਾਂ 'ਤੇ ਲਓ ਜੀ ਸਾਰੀ ਫਿਟਿੰਗ ਹੋ ਗਈ ਟਾਇਰਾਂ 'ਚ ਹਵਾ ਕਰ ਲਈ ਆਪਾਂ 12-12 13-13 ਪਾਉਂਡ ਪਿਛਲੇ ਟਾਇਰਾਂ 'ਚ ਅਤੇ ਬਕਸਾ ਫਿੱਟ ਕਰ ਲਿਆ ਅਤੇ ਚੱਲੀਏ ਹੁਣ ਮੌਸਮ ਵੀ ਖਾਸਾ ਖਰਾਬ ਹੈ ਨਾ ਉੱਥੇ ਪਹਿਲਾਂ ਨਿਬੇੜੇ ਹੀ ਕੰਮ ਤਿਆਰ ਅਸੀਂ ਆਪਾਂ ਨੇ ਲੀਵਰ ਬੰਨਣ ਵਾਸਤੇ ਆ ਅਤੇ ਪਾਈਏ ਚੱਲੇ ਦੁਪਹਿਰ ਦਾ ਟਾਈਮ ਹੋ ਗਿਆ ਜੀ ਅਤੇ ਬਾਬੇ ਦਾ ਨਾਂ ਲੈ ਕੇ ਕਰਤਾ ਸੀ ਆਪਾਂ ਨੇ ਸਿਸਟਮ ਆਪਣਾ ਹੈ ਨਾ ਸਟਾਰਟ ਲੇਜ਼ਰ ਕਰਾ ਸਟਾਰਟ ਅਤੇ ਆਪਣਾ ਜਗਤ ਜੀ ਦਾ ਲੇਜ਼ਰ ਕਰਾ ਅਤੇ ਮਤਲਬ ਬੜੀ ਸੋਹਣੀ ਪਰਫੋਰਮੈਂਸ ਲਈ ਆ ਵੀਰੇ ਆਪਾਂ ਨੇ ਨਾ ਸਿਸਟਮ ਇਸ ਵਾਰ ਚੇਂਜ ਕਰ ਲਿਆ ਸੀ ਜੋ ਮਤਲਬ ਇਹਦਾ ਰਿਸੀਵਰ ਅਤੇ ਉਹ ਟਰਾਂਸਮੀਟਰ ਇਹਦਾ ਹੈ ਨਾ ਅਤੇ ਟਰੈਕਟਰ ਵਾਲਾ ਕੰਟਰੋਲ ਪੈਨਲ ਇਹ ਸਾਰਾ ਕੁਝ ਚੇਂਜ ਕਰ ਲਿਆ ਸੀ ਆਪਾਂ ਨੇ ਇੰਨਾ ਜ਼ਿਆਦਾ ਅਪਡੇਟ
अपडेट है ना जिन्हें मोड़ पर जाके अपन क्लच दबण की लोड़ पैंदी थी ते हुण क्लच दबण की भी लोड़ नहीं पैंदी है ऑटोमैटिकली मतलब मोड़ दे तां इन्नी फास्ट हो गई ना वर्किंग कोई डिस्ट्रीब्यूटर नहीं छेड़िया आपां कोई प्रेशर नहीं छेड़िया इहदा है ना ते बाकी गल इक आपां सरप्राइज भी देना दस दिए रहण दिए वीडियो बना के दसना चलो कल नूं इक सरप्राइज देना आपां ने आ ट्रैक्टर लई है ना सरप्राइज दो हो जाने आपां स्टैप बाय स्टैप दसांगे मतलब कल नूं सुनाम भी जाना देखते हैं उधर भी जाना तो कल एक होर बहुत बड़ा दो अपने मतलब सरप्राइज ने बड़े तो वह भी आप शेयर करा साझे करा रेट रूट भी दसा है ना की रेट से सौदा बने अपना तो चलते सीजन से बन गया जी है ना तो कलाह का काम बहुत सोहना तकरीबन घंटिया की लीडिंग भी बड़ी परफेक्ट दसदा यह भी जिमें मतलब अपने है ना अपने दुए लोट घंटे भी ला ले तो उस तो बाद अपने कला वर्क टाइम लाना है एक तो ओवरऑल कुल घंटे दसू किन्ने का वर्क हो गया तो उस तो बाद दूजा अपना तो किन्ने टाइम का हो गया तो हूँ यदि दो साल की गरंटी है यदि दो साल की गरंटी है हूँ पूरा मतलब पड़ेगा मैं पहला कैमरे से मूहे नहीं दाऊँगा दो साल की गरंटी मैं हूँ आए फायदा मिल गया है ना मेरा पे सिर्फ 25,000 रुपया पुराना सिस्टम बिच दे के सारा कुछ मेरा नवा बन गया है ओदे च की है मैं दो साल की फुल गरंटी मिल गई बाई चांस कुछ भी ये डैमेज होंगे है तो यह पहले साल से तो मेरी फील्ड के हूँ मेरा लेजर करा नवा बन गया फिर यह बाकेट मैं उही रख ली अपनी सिस्टम सारा चेंज कर लिया है ना जी तो आपां नूं कराह बदलन की लोड़ नहीं है जिवें आपां कह दिंदे आ भी पुराना कराह आपां चेंज करके नवा कराह लेना जी जे मेरा वर्क छड गया वो करके है ना सिस्टम सिस्टम चेंज कर लो जे तुहानूं कोई दिक्कत आउंदी है जे डिस्ट्रीब्यूटर तंग करदा डिस्ट्रीब्यूटर चेंज कर लो डिस्ट्रीब्यूटर मेरा THM का लग्या हुआ जगतजीत वाला है ना वो तो चलो पता ही है ना लाउंदी THM का वो तो हूँ शायद चेंज करता हो मैं कुछ कह नहीं सकता 7 फुटी बाकेट है सिस्टम सारा चेंज करके हूँ एन परफेक्ट पूरी दो साल की तसली हो गई वैसे मैं सुन गल जे हूँ अगले का बाकेट सही चलती है तो सिस्टम बदली कराने यार कि कोई ज्यादा दो दिहाड़ियां की खेल है दो दिन तीन दिन ला ला तू 3 दिन चंगी मेहनत कर ली सब पैसा उतर दिंदा है तकरीबन 5वें किले च आ गया मैं क्योंकि पहला सबब जहाँ नहीं बनया नाल दी नाल ब्लॉग कंटिन्यू करन दा ते किले मेरे को 2-3 रह गए डाकर च बड़े औखे बई डले सूत करने पैने आ आता शुक्र करो मैं टायरां च हवा घटा लिया 12-13 पाउंड हवा कर लैंदी नहीं तो ट्रैक्टर ने अज मेरा ढूहा दुखन ला लेना तो हूँ जानी एन ए लिछ लिछ के चल रहा है तू असलों पहला इन्हें कहना तो भी ये रूटा वीटर मारो जां सुहागा मारो सुहागा बजा पाउंदा फिर भी लुटदा तो दूए दिन सुहागा बज जांदा नरम नरम पर सुहागा बज जांदा डले सारे भुर जाने ते ते तेल तूल वाला हले कोई हिसाब नहीं लग रहा क्योंकि हले का बाकट भर के चलती पहला पहला तो किन्ना के खान लग गया जाऊंगा फिर जाके है ना पाइया वध खाजू हां पाइया बाते बाते इन्ना के लगूगा हां ते बाकी करते हैं हुण फिर काम शुरू ते दिखाउना थानू झट है जी तकरीबन दुए हाई च 1200 चक्कर से चल रहा 1100-1200 जी पहला जो मैं चला 1100-1200 चक्कर से ना क्लच देना पैंता था कि मतलब वर्किंग थोड़ी जी स्लो थी उसकी कोई मैं डिस्ट्रीब्यूटर का प्रेशर नहीं बुलाया तो अपना बाकेट भर दिया
बाकी कमेंट करके दसो थोड़े एरिया की रेट घाटा चल रहा है ना केड़ा एरिया जेड़े जेड़े वीडियो देख रहे हैं लेजर ग्राम का थोड़े एरिया की रेट घाटे का चल रहा है।